ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹਾਂ ਫਾਸਟਵੇਅ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਹਿਲਾ ਕਲਾਂ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਾਡੇ ਨਾਲ ਮੌਜੂਦ ਨੇ, ਸੂਬੇਦਾਰ ਸੁਖਪਾਲ ਸਿੰਘ ਜੀ। ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਸਰ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ, ਜੋ ਤੁਹਾਨੂੰ ਪਾਰਟੀ ਹਾਈ ਕਮਾਂਡ ਨੇ ਤੁਹਾਡੇ ਕੰਮ ਕਾਜ ਵੇਖ ਕੇ ਤੁਹਾਨੂੰ ਬਲਾਕ ਪ੍ਰਧਾਨਗੀ ਦਾ ਅਹੁਦਾ ਦਿੱਤਾ, ਅਤੇ ਕੀ ਕਹਿਣਾ ਚਾਹੋਗੇ ਸਰ ਇਸ ਵਾਰ? ਮੈਂ ਬੜਾ ਖੁਸ਼ੀ ਹਾਂ ਵੀ ਆਮ ਪਾਰਟੀ ਦੇ ਕੰਮਾਂ ਦੇ ਵਿੱਚੋਂ ਔਰ ਆਪਣੇ ਡੇਰੇ ਬਾਬੇ ਨਾਨਕ ਦੇ ਜਿਹੜੇ ਸਾਡੇ ਆਪਣੇ ਚੇਅਰਮੈਨ ਹਲਕਾ ਇੰਚਾਰਜ ਰੰਧਾਵਾ ਸਾਹਿਬ ਇਸ ਵੇਲੇ ਬਹੁਤ ਵਧੀਆ ਤਰੀਕੇ ਦੇ ਨਾਲ ਇਕੱਠੇ ਹੋ ਕੇ ਕੰਮ ਕਰਨ ਰਹੇ ਆ ਔਰ ਰੈਲੀਆਂ ਬਹੁਤ ਬਹੁਤ ਵਧੀਆ ਕੱਢਣ ਰਹੇ ਆ। ਕੱਲ੍ਹ ਸਾਡੀ ਰੈਲੀ ਸੀ ਜਿਹੜੀ, ਸਰ ਕਿੰਨੇ ਇਕੱਠ ਨਾਲ ਗਏ ਉੱਥੇ ਤੁਸੀਂ? ਮੈਂ ਘੱਟ ਤੋਂ ਘੱਟ ਵੀ 150 ਬੰਦਾ ਲੈ ਕੇ ਗਿਆ ਹੋਣਾ। ਖੁਸ਼ੀ ਦੀ ਗੱਲ ਇਹ ਆ ਵੀ ਕਈ ਬੰਦੇ ਤੂੜੀ ਪਾਉਣ ਡੇ ਸੀ, ਆਪਣੀ ਤੂੜੀ ਵਿੱਚ ਹੀ ਛੱਡ ਗਏ ਅਤੇ ਨਾਲ ਕਹਿੰਦੇ ਵੀ ਅਸੀਂ ਜਾਣਾ ਵਾ। ਔਰ ਸਾਡੇ ਜਿਹੜਾ ਲੋਕ ਸਭਾ ਹਲਕੇ ਦਾ ਆਪਣਾ ਉਮੀਦਵਾਰ ਆ ਅਮਨ ਸ਼ੇਰ ਸਿੰਘ ਸੈਰੀ ਆ, ਉਹਨਾਂ ਦੀ ਇੱਕ ਬਹੁਤ ਉਹ ਬੋਲੀ ਬੜੀ ਮਿੱਠੀ ਆ ਜੀ। ਕੰਮ ਉਹਨਾਂ ਨੇ ਅਜੇ ਤੱਕ ਕੋਈ ਬਹੁਤ ਵਧੀਆ ਵਧੀਆ ਕੀਤੇ ਆ ਅਤੇ ਸਾਰੇ ਚਾਹੁੰਦੇ ਆ ਵੀ ਅਸੀਂ ਐਰਕਾ ਉਹਨਾਂ ਨੂੰ ਜਿਤਾ ਕੇ ਅਤੇ ਲੋਕ ਸਭਾ ਹਲਕੇ 'ਚ ਭੇਜੀਏ। ਅਤੇ ਸਾਡੇ ਜਿਹੜਾ ਗੁਰਦਾਸਪੁਰ ਦੇ ਵਿੱਚ ਪਹਿਲਾਂ ਤੋਂ ਹੀ ਇੱਥੇ ਕੋਈ ਲੀਡਰ ਜਿਹੜਾ ਹੈਗਾ ਵਾ, ਜਿਹੜੇ ਪਹਿਲਾਂ ਲੀਡਰ ਰਹੇ ਉਹਨਾਂ ਦੇ ਆਪਣੇ ਕਸਬੇ ਹੀ ਵੇਖੋ ਬਹੁਤ ਮਾੜੇ ਆ। ਕਾਦੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਕੋਈ ਇੱਦਾਂ ਕੋਈ ਸ਼ਹਿਰ ਹੀ ਹੈ ਨਹੀਂ ਚੱਜਦਾ। ਇੰਡਸਟਰੀ ਉਹਨਾਂ ਕੀ ਲਿਆਉਣੀ ਆ, ਉਹ ਤਾਂ ਆਪ ਹੀ ਚੰਡੀਗੜ੍ਹ ਰਹਿੰਦੇ ਆ, ਇੱਥੇ ਤਾਂ ਆਉਣਾ ਉਹਨਾਂ ਕੀ ਆ ਸਾਡੇ ਇਹਨਾਂ। ਹੁਣ ਆਪਾਂ ਜਦੋਂ ਵੀ ਅਮਨ ਸ਼ੇਰ ਸਿੰਘ ਸ਼ਹਿਰੀ ਜਿੱਤ ਗਿਆ, ਪਹਿਲੀ ਡਿਮਾਂਡ ਸਾਡੀ ਆ ਇੱਥੇ ਹੋਸਪਿਟਲ ਹੋਏ ਬਹੁਤ ਤਗੜਾ ਵੱਡਾ ਜੀ, ਕੋਈ ਹੋਰ ਫੈਕਟਰੀਆਂ ਲੱਗਣ ਜੀ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇ। ਸਾਡਾ ਹੁਣ ਜਿਹੜਾ ਇੱਧਰ ਗਾਂ ਹੋਰ ਹਲਕੇ ਆ, ਮਤਲਬ ਭੋਆ ਹੋਇਆ, ਸੁਜਾਨਪੁਰ ਹੋਇਆ, ਬੰਬਿਆਲ ਹੋਇਆ, ਇਹ ਬਹੁਤ ਲੋਕ ਪਛੜੇ ਆ ਅਤੇ ਇਹਨਾਂ ਇਹਨਾਂ ਦੇ ਵਿੱਚ ਇਹ ਆ ਵੀ ਨਾਲ ਵੱਢ ਲੈ ਇੰਡਸਟਰੀ ਕੋਈ ਨਾ ਕੋਈ ਲੱਗ ਸਕਦੀ ਆ ਬਹੁਤ ਵਧੀਆ ਜੀ। ਪਰ ਜਿੱਦਾਂ ਕਾਂਗਰਸ ਦੀ ਸਰਕਾਰ ਸੀ, ਅਕਾਲੀਆਂ ਦੀ ਤਾਂ ਮਤਲਬ ਹੈ ਹੀ ਨਹੀਂ, ਅਕਾਲੀ ਦੇ ਭਾਜਪਾ ਦੇ ਨਾਲ ਮਿਲੇ ਹੁੰਦੇ ਸੀ ਜੀ, ਅਤੇ ਕੋਈ ਹੈ ਸਾਡੇ ਜਿਹੜਾ ਵਾ ਪੰਜਾਬ ਨੂੰ ਸੈਂਟਰ ਗੌਰਮੈਂਟ ਮਾਰ ਕੇ ਖੁਸ਼ ਆ। ਜਿਹੜਾ ਮੋਦੀ ਆ, ਮੋਦੀ ਨੂੰ ਹੁਣ ਉਹਦਾ ਮੂੰਹ ਹੋਇਆ ਢਿੱਲਾ ਜਿਹਾ, ਮਤਲਬ ਹੋ ਗਏ 2-4 ਦਿਨ ਅਤੇ ਉਹ ਉਹਨੂੰ ਪਤਾ ਲੱਗ ਗਿਆ ਵੀ ਮੈਂ ਹੁਣ ਹਾਰ ਜਾਣਾ ਜੀ। ਜ਼ਿੰਦਗੀ ਦੇ ਵਿੱਚ ਇਹ ਪਹਿਲੀ ਇਲੈਕਸ਼ਨ ਆ ਸਾਡੀ ਜੀ ਜਿਨ੍ਹਾਂ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਕਿਹਨੇ ਜਿੱਤਣਾ, ਨਹੀਂ ਤਾਂ ਚੋਣਾਂ ਤੋਂ ਬਾਅਦ ਪਤਾ ਲੱਗਦਾ ਜੀ ਜਾਂ ਇਲੈਕਸ਼ਨ ਤੋਂ ਬਾਅਦ ਪਤਾ ਲੱਗਦਾ। ਲੇਕਿਨ ਸਾਨੂੰ ਇਹ ਪਤਾ ਲੱਗ ਗਿਆ ਵਾ ਵੀ ਸਾਡਾ ਉਮੀਦਵਾਰ ਆਮ ਪਾਰਟੀ ਦਾ ਜਿੱਤਣ ਡਿਆ ਵਾ ਜੀ। ਸਰ, CM ਸਾਹਿਬ ਨੇ ਇੱਕ ਗੱਲ ਕਹੀ ਸੀਗੀ 13-0 ਵਾਲਾ ਮੁਕਾਬਲਾ ਚੱਲੇਗਾ, ਕਿ ਤੁਹਾਨੂੰ ਲੱਗਦਾ 13-0 ਵਾਲਾ ਮੁਕਾਬਲਾ ਚੱਲੇਗਾ? ਲੋਕ ਪ੍ਰੰਤੀ ਰੰਧਾਵਾ ਸਾਹਿਬ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਕਾਲੋ ਵੀ ਦਿਨ ਬਰ ਦਿਨ ਮੀਟਿੰਗਾਂ ਕਰ ਰਹੇ ਨੇ, ਲੋਕ ਪ੍ਰਤੀ ਪਿਆਰ ਜ਼ਿਆਦਾ ਵੱਧ ਰਿਹਾ ਹੈ, ਲੋਕ ਦਿਨੋਂ ਦਿਨ ਜੁੜ ਰਹੇ ਨੇ, ਸਰ ਕਿਵੇਂ ਦਾ ਲੱਗਦਾ ਤੁਹਾਨੂੰ ਯਾਰ ਕਿ 13-0 ਵਾਲਾ ਮੁਕਾਬਲਾ ਚੱਲੇਗਾ ਜੀ? ਵੇਖੋ ਜੀ, ਪਹਿਲਾਂ ਤਾਂ ਜਿਹੜੇ ਇੱਧਰ ਮਾਲਵੇ ਵਾਲੇ ਲੋਕ ਸੀ, ਮਲਵਈ ਜਿਹੜੇ ਸੀ ਜੀ, ਉਹਨਾਂ ਨੇ ਕਾਂਗਰਸ ਆਪਣੇ ਆਮ ਪਾਰਟੀ ਨੂੰ ਜਿਤਾਇਆ, ਉੱਧਰੋਂ 92 ਸੀਟਾਂ ਲਈਆਂ। ਲੇਕਿਨ ਸਾਡੇ ਜਿਹੜਾ ਸੀ ਸਾਡੀ ਜੀ ਵੋਟਾਂ ਤਾਂ ਬਹੁਤ ਪਈਆਂ, ਲੇਕਿਨ ਕੋਈ MLA ਜਿੱਤਿਆ ਨਹੀਂ। ਪਰ ਇਸ ਵਾਰ ਜਿਹੜਾ ਵਾ ਸਾਡੀ ਗੁਰਦਾਸਪੁਰ ਵਾਲੀ ਜਿਹੜੀ ਸੀਟ ਆ, ਇਹ ਰਿਕਾਰਡ ਹੋਊਗਾ ਇੱਕ ਵਾਰੀ ਵੀ ਐਰਕਾ ਆਮ ਪਾਰਟੀ ਦੀ ਹੋਏਗੀ, ਨਹੀਂ ਤਾਂ ਭਾਜਪਾ ਕੋਲ ਜਾਂਦੀ ਰਹੀ ਆ। ਅਤੇ ਐਰਕਾ 13-0 ਵਾਲਾ ਜਿਹੜਾ ਵਾ ਉਹ ਤਾਂ ਹੋਣਾ ਹੀ ਹੋਣਾ।
ਹਾਂਜੀ ਹਾਂਜੀ ਅਤੇ ਅੱਛਾ ਸਰ, ਇੱਕ ਸੀ ਐੱਮ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਬੀਬੀਆਂ ਦੀਆਂ ਜਿਹੜੀਆਂ ਪੈਨਸ਼ਨਾਂ ਵਾ ਉਹ 2500 ਕੀਤੀ ਜਾਏਗੀ ਔਰ ਹਰ ਔਰਤ ਦੇ ਅਕਾਊਂਟ 'ਚ 1000 ਰੁਪਈਆ ਆਏਗਾ, ਅਤੇ ਸਰ ਕਦੋਂ ਤੱਕ ਇਹ ਪ੍ਰੋਵਾਈਡ ਹੋ ਰਿਹਾ? ਹੁਣ ਤਾਂ ਇਲੈਕਸ਼ਨ ਆ ਰਹੀ ਆ ਲਾਗੇ ਵੀ। ਹਾਂ ਵੇਖੋ ਜੀ, ਪਹਿਲੀਆਂ ਪਾਰਟੀਆਂ ਵੀ ਇੱਦਾਂ ਚਲੋ ਕਰਦੀਆਂ ਰਹੀਆਂ ਵਾਅਦੇ, ਪਰ ਪਹਿਲਾਂ 4-4 ਸਾਲ ਪਾਰਟੀ ਬੋਲਦੀ ਨਹੀਂ ਰਹੀ ਜੀ, ਅਤੇ ਲਾਸਟ ਇਹ ਖਜ਼ਾਨਾ ਖਾਲੀ ਕਹਿੰਦੇ ਰਹੇ ਆ। ਐਰਗਾ ਭਗਵੰਤ ਮਾਨ ਸਾਹਿਬ ਨੇ ਖਜ਼ਾਨਾ ਖਾਲੀ ਵਾਲਾ, ਉਹਨੇ ਕਿਹਾ ਹੈ ਪੈਸੇ ਹੈਗੇ ਆ ਬਹੁਤ ਆ, ਲੇਕਿਨ ਇੱਕ ਗਰੰਟੀ ਉਹਨਾਂ ਨੇ ਪੂਰੀ ਕਰਤੀ ਆ ਜਿਹੜੀ ਬਿਜਲੀ ਵਾਲੀ, ਬਿਜਲੀ ਦੇ ਬਿੱਲ 0 ਆਉਣ ਡੇ ਵਜੇ ਜੀ। ਅਤੇ ਇੱਕ ਉਹਨਾਂ ਨੇ ਹੋਰ ਦੱਸਿਆ ਵਾ ਵੀ ਕੁਝ ਮਹੀਨਿਆਂ ਦੇ ਵਿੱਚ, ਫਰਵਰੀ ਦੇ ਵਿੱਚ ਲਾ ਲਓ ਜਾਂ ਜਨਵਰੀ 'ਚ ਲਾ ਲਓ, ਜਿਹੜੀ ਭੈਣਾਂ ਨੂੰ ਜਨਾਨੀਆਂ ਨੂੰ ਆਪਣੀਆਂ 1000-1000 ਰੁਪਏ ਵਾਲੀ ਗਰੰਟੀ ਸੀ ਨਾ ਜੀ, ਇਹ ਜਲਦ ਪੂਰੀ ਹੋਣ ਜਾਣ ਡੀ ਆ। ਦੂਸਰੀ ਉਹਨਾਂ ਨੇ ਹੈਗੀ ਸੀ ਜਿਹੜੀ 2500 ਰੁਪਈਏ ਵਾਲੀ, ਜੇ ਪਹਿਲਾਂ 1500 ਰੁਪਈਆ ਆਉਂਦੀ ਪੈਨਸ਼ਨ ਜੀ, ਵਿਧਵਾ ਪੈਨਸ਼ਨ ਅਤੇ ਬੁਢਾਪਾ ਪੈਨਸ਼ਨ, ਹੁਣ ਉਹ ਵਧਾ ਕੇ 2500 ਰੁਪਈਏ ਵਿੱਚ ਜਲਦੀ ਕੀਤੀ ਜਾਏਗੀ। ਇਹ ਇਹ ਇਹਨਾਂ ਲੋਕਾਂ ਵਾਸਤੇ, ਪੰਜਾਬਦਿਆਂ ਵਾਸਤੇ ਇੱਕ ਖੁਸ਼ਖਬਰੀ ਹੋਊਗੀ। ਅਤੇ ਜੋ ਭਗਵੰਤ ਮਾਨ ਕਹਿੰਦੇ ਆ ਕਰਕੇ ਕਰਕੇ ਦੱਸਦੇ ਆ, ਉਹਨਾਂ ਗਰੰਟੀਆਂ ਸਾਰੀਆਂ ਜਿਹੜੀਆਂ ਵਾ ਇੱਕ ਸਾਲ ਦੇ ਵਿੱਚ ਆ 1000 ਰੁਪਈਏ ਵਾਲੀ, ਅਤੇ ਇਹ ਬਹੁਤ ਜਲਦੀ ਕੀਤੀ ਜਾਵੇ। ਠੀਕ ਹੈ। ਅੱਛਾ ਸਰ, ਕੀ ਕਹਿਣਾ ਚਾਹੋਗੇ? ਜਿਹੜੀਆਂ ਸਕੀਮਾਂ ਸੀ ਐੱਮ ਸਾਹਿਬ ਵੱਲੋਂ ਚੱਲ ਰਹੀਆਂ ਨੇ ਔਰ ਕੁਛ ਵਾਅਦੇ ਪੂਰੇ ਹੋ ਚੁੱਕੇ ਨੇ, ਕੀ ਕਹਿਣਾ ਚਾਹੋਗੇ? ਵੇਖੋ ਜੀ, ਇੱਕ ਤਾਂ ਥਾਣਿਆਂ ਦੇ ਵਿੱਚ ਬਹੁਤ ਮਾੜਾ ਹਾਲ ਸੀਗਾ, ਭਰਤੀਆਂ ਵੀ ਕੀਤੀਆਂ ਵਾ ਅਤੇ ਗੱਡੀਆਂ ਪ੍ਰੋਵਾਈਡ ਵੀ ਕਰਾਈਆਂ ਵਾ, ਸਕਾਰਪੋ ਗੱਡੀਆਂ ਬਹੁਤ ਵਧੀਆ ਵਧੀਆ ਗੱਡੀਆਂ ਜਿਹੜੀਆਂ ਵਾ ਟਵੈਟਾ ਵਾਲੀਆਂ ਉਹ ਦਿੱਤੀਆਂ ਵਾ। ਦੂਜੀ ਇਹਨਾਂ ਨੇ ਕਿਹਾ ਸੀ ਆ ਮਹੱਲਾ ਕਲੀਨਿਕ ਦੀ, ਮਹੱਲਾ ਕਲੀਨਿਕ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਣ ਡੇ ਆ, ਜਿੱਥੋਂ ਦਵਾਈ ਵਿੱਚ ਕੋਈ ਵੀ ਮਤਲਬ ਉੱਥੋਂ ਹੀ ਦਵਾਈ ਮਿਲਦੀ ਆ। ਜੇ ਸਰਕਾਰੀ ਹੋਸਪਿਟਲਾਂ ਦੀ ਗੱਲ ਕਰ ਲਓ ਤਾਂ ਪਹਿਲਾਂ ਕੀ ਕਹਿੰਦਾ ਸੀ ਕਿ ਡਾਕਟਰ ਜਿਹੜਾ ਸੀ ਦਵਾਈ ਲਿਖ ਕੇ ਦੇ ਦਿੰਦਾ ਸੀ ਅਤੇ ਪਰਚੀ ਬਾਹਰੋਂ ਦਵਾਈ ਲੈਣੀ ਪੈਂਦੀ, ਉਹ ਵੀ ਹੁਣੇ ਵਿੱਚ ਮਤਲਬ ਡਾਕਟਰ ਪਰਚੀ ਲਿਖ ਕੇ ਦਿੰਦਾ, ਦਵਾਈ ਵੀ ਉੱਥੋਂ ਮਿਲਦੀ ਆ, ਅਤੇ ਮਹੱਲਾ ਕਲੀਨਿਕ ਵੀ ਵਧੀਆ ਢੰਗ ਨਾਲ ਚੱਲਣ ਡੇ ਆ। ਚਲੋ ਦੂਜੀਆਂ ਪਾਰਟੀਆਂ ਦਾ ਹੁੰਦਾ ਵੀ ਭਾਵੇਂ ਵਧੀਆ ਚੱਲੇ ਪਰ ਉਹਨਾਂ ਨੇ ਭੰਡਣਾ ਹੁੰਦਾ, ਪਰ ਨਹੀਂ, ਜਿਹੜੀ ਜਨਤਾ ਵਾ ਉਹ ਜਾਣਦੀ ਆ ਵੀ ਕੰਮ ਕਿਹੜੇ ਤਰ੍ਹਾਂ ਹੋਣ ਡੇ ਆ, ਲੋਕਾਂ ਦਾ ਇਲਾਜ ਮੁਫਤ ਹੋਣ ਡਿਆ ਜੇ, ਅਤੇ ਖੱਜਲ ਖੁਆਰੀ ਤੋਂ ਲੋਕ ਬਚੇ ਹੋਏ ਆ ਜੀ। ਅੱਛਾ ਸਰ, ਥੋੜ੍ਹੇ ਦਿਨ ਪਹਿਲਾਂ ਦੀ ਇੱਕ ਸਿਸਟਮ ਚੱਲਣ ਡਿਆ ਵਾ ਕਿ ਲੋਕਾਂ ਪ੍ਰਤੀ ਬੜਾ ਰੌਲਾ ਪੈ ਚੁੱਕਿਆ ਕਿ ਰਵੀਕਰਨ ਕਾਲੋ ਜਿਹੜੇ ਆ ਕਿ ਉਹ ਪਾਰਟੀ ਛੱਡ ਕੇ ਆਮ 'ਚ ਸ਼ਾਮਿਲ ਹੋ ਚੱਲੇ ਨੇ, ਸਰ ਇਹ ਕਿੰਨਾ ਕੁ ਸੱਚ ਲੱਗਦਾ ਤੁਹਾਨੂੰ? ਵੇਖੋ ਜੀ, ਇਹਦੇ ਪਾਰਟੀ ਵਿੱਚ ਰਵੀਕਰਨ ਕਾਲੋ ਜਿਹੜਾ ਵਾ ਬੰਦਾ ਬਹੁਤ ਚੰਗਾ ਵਾ, ਭਾਵੇਂ ਉਹ ਪਾਰਟੀ ਵਿੱਚ ਪਾਰਟੀ ਦੇ ਹੁਕਮ ਨਾਲ ਕੰਮ ਕਰਨਾ ਕਰਨਾ ਪੈਂਦਾ ਵਾ, ਅਤੇ ਬੰਦੇ ਦੇ ਦੂਜੀਆਂ ਪਾਰਟੀਆਂ ਵਿੱਚ ਵੀ ਵਧੀਆ ਹੈਗੇ ਆ। ਚਲੋ ਜੇ ਆਉਣਗੇ ਤਾਂ ਉਹ ਪਾਰਟੀ ਹਾਈ ਕਮਾਂਡ ਦਾ ਵਾ, ਉਹਦਾ ਉਹਦੇ ਵਿੱਚ ਕੋਈ ਆਮ ਅਸੀਂ ਲੀਡਰਾਂ ਸਾਡਾ ਕੋਈ ਉਹਦਾ ਵਿੱਚ ਜ਼ਿਆਦਾ ਨਹੀਂ ਆ, ਆਉਣਗੇ ਤਾਂ ਉਹਨਾਂ ਦਾ ਸਵਾਗਤ ਆ। ਹਾਂਜੀ ਜੀ ਜੀ, ਠੀਕ ਹੈ ਜੀ। ਅੱਛਾ ਸਰ, ਹੁਣ ਆਪਾਂ ਗੱਲ ਕਰਨੀ ਚਾਹਾਂਗੇ ਕਿ ਜਿਵੇਂ ਸਾਡੇ ਏਰੀਏ ਦੇ ਵਿੱਚ ਇੰਡਸਟਰੀ ਦਾ ਜਿਹੜਾ ਵਾ, ਉਹ ਸਾਡੇ ਏਰੀਏ ਨੂੰ ਵੀ ਇੰਡਸਟਰੀ ਜਿਹੜੀ ਚਾਹੀਦੀ ਆ, ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਭੋਏ ਵਾਲੀ ਸਾਈਡ 'ਤੇ ਲੱਗ ਜਾਏ, ਜਾਂ ਜੇ ਮੰਨ ਲਓ ਸਾਡੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਹੀ ਇੰਡਸਟਰੀ ਆ ਜਾਵੇ, ਅਤੇ ਕਿੰਨਾ ਖੁਸ਼ਹਾਲ ਮੌਸਮ ਬਣ ਸਕਦਾ ਇੱਧਰ? ਵੇਖੋ ਜੀ, ਇੰਡਸਟਰੀ ਆਏਗਾ ਤਾਂ ਬਹੁਤ ਵਧੀਆ ਵਾ, ਕੋਈ ਸਾਡੇ ਜਿੱਦਾਂ ਕੋਈ ਨੌਜਵਾਨ ਆ ਮੀਡੀਅਮ ਬਾਹਰ ਜਾਂਦੇ ਇੱਧਰ ਕੰਮ ਮਿਲੇ, ਜਿਹੜਾ ਬੰਦਾ ਸਵੇਰੇ ਜਾਏਗਾ 9 ਵਜੇ ਸ਼ਾਮਾਂ ਨੂੰ 5 ਵਜੇ ਘਰ ਆਏਗਾ, ਉਹਦੇ ਵਰਗੀ ਮੌਜ ਨਹੀਂ ਆ। ਜੇ ਇੱਥੇ ਇੰਡਸਟਰੀ ਲੱਗੇਗੀ ਅਤੇ ਜਵਾਨ ਜਿਹੜੇ ਆ ਪੜ੍ਹੇ ਲਿਖੇ ਕੁੜੀਆਂ ਮੁੰਡੇ ਬਾਹਰ ਨਾ ਜਾਣਗੇ ਅਤੇ ਇੱਥੇ ਕੰਮ ਮਿਲੇਗਾ, ਵਧੀਆ ਰਹਿਣਗੇ, ਔਰ ਬਹੁਤ ਵਧੀਆ ਵਾ। ਇੱਥੇ ਕਿਤੇ ਕੋਈ ਚੰਗਾ ਲੀਡਰ ਅਮਨ ਸ਼ੈਰੀ ਵਰਗਾ ਉੱਠੇ ਅਤੇ ਜਾ ਕੇ ਉੱਥੇ ਆਵਾਜ਼ ਉਠਾਏ ਅਤੇ ਆ ਕੇ ਆਖੇ ਵੀ ਇੱਥੇ
ਆਪਣੇ ਇੰਡਸਟਰੀ ਲਾਈਏ, ਹੋਸਪਿਟਲ ਖੋਲ੍ਹੀਏ ਅਤੇ ਛੋਟੇ ਤਿੰਨਾਂ ਚੌਵਾਂ ਪਿੰਡਾਂ ਦੇ ਵਿੱਚ ਇਹ ਮੈਂ ਮੇਰੀ ਮੰਗ ਹੈ ਕਿ ਇੱਕ ਸਟੇਡੀਅਮ ਬਣੇ ਜਿੱਥੇ ਆਪਾਂ ਬੱਚੇ ਜਿਹੜੇ ਆ ਆਪਣਾ ਪ੍ਰੈਕਟਿਸ ਕਰ ਸਕਣ ਅਤੇ ਕੋਈ ਵੇਖ ਲਓ ਦੌੜ ਨੂੰ ਥਾਂ ਨਹੀਂ ਗੀ। ਇਹ ਇੰਨਾ ਚਿਰ ਦੇ ਲੀਡਰ ਇੱਥੇ ਤੁਰੇ ਫਿਰਦੇ ਆ, ਰੰਧਾਵਾ ਸਾਹਿਬ ਨੂੰ ਮੈਂ ਪੁੱਛਦਾ, ਮੈਂ ਬਾਜਵੇ ਨਾਲ ਗੱਲ ਕਰਦਾ ਵੀ ਕੋਈ ਤੁਹਾਡੇ ਕਾਦੀਆਂ ਲੱਗੇ ਤੁਸੀਂ ਕਿਤੇ ਇੱਕ ਸਟੇਡੀਅਮ ਖੋਲ੍ਹਿਆ ਹੋਏ ਜਿੱਥੇ ਬੱਚੇ ਪੜ੍ਹ ਸਕ ਆਪਣੇ ਖੇਡਣ, ਪਰ ਕੋਈ ਨਹੀਂ। ਇਹਨਾਂ ਦੇ ਤਾਂ ਹੁਣ ਫਿਰ ਆ ਗਏ ਆ 60-70 ਸਾਲਾਂ ਬਾਅਦ ਵੀ ਸਾਨੂੰ ਲੋਕ ਸਭਾ 'ਚ ਭੇਜੋ। ਇਹ ਲੋਕ ਜਾਣਦੇ ਆ ਇਹਨਾਂ ਨੇ ਇਹਨਾਂ ਨੂੰ ਵੋਟ ਨਹੀਂ ਗੀ ਪਾਉਣੀ, ਇਹਨਾਂ ਨੂੰ ਪਤਾ ਵਾ ਵੀ ਇਹ ਤਾਂ ਪਹਿਲਾਂ ਹੀ ਜਿੱਦਾਂ ਚਿਹਰੇ ਨਹੀਂ ਇਹਨਾਂ ਦੇ ਹਰੇ ਹੋਏ ਵੇਖਣ ਡੇ ਤੁਸੀਂ, ਹੈ ਨਾ ਉਹ ਸ਼ੈਰੀ ਕਲਸੀ ਦੀ ਤਾਂ ਇੱਦਾਂ ਦਾ ਉਹਦਾ ਮਾਂਦਰਾ ਵਾ ਕੇ ਉਹਨੂੰ ਤਾਂ ਜੀ ਕਰਦਾ ਵੀ ਯਾਰ ਜਿਹੜੇ ਬੰਦੇ ਨੇ ਨਹੀਂ ਵੀ ਵੋਟ ਪਾਉਣੀ ਨਾ, ਉਹ ਵੀ ਕਹਿੰਦਾ ਵੀ ਯਾਰ ਪਾਈਏ ਬੰਦੇ ਨੂੰ, ਇਹ ਬੰਦਾ ਕੋਈ ਨਾ ਕੋਈ ਕੰਮ ਜ਼ਰੂਰ ਕਰੂ। ਸਰ ਬਟਾਲੇ ਦੇ ਲਾਗੇ ਅਮਨ ਸ਼ੇਰ ਸਿੰਘ ਸ਼ੈਰੀ ਦੇ ਕਲਸੀ ਜੀ ਦੇ ਕੰਮ ਬੋਲਦੇ ਨੇ, ਸਾਡੇ ਉੱਥੇ ਕੀ ਨਾਂ ਲੈਂਦੇ ਇੱਕ ਪਿੰਡ ਪੈ ਜਾਂਦਾ ਵਾ ਜਦੋਂ ਆਪਾਂ ਨਾਗੀਆਂ ਸਾਹਿਬ ਨੂੰ ਜਾਈਦਾ ਵਾ, ਅਤੇ ਪਹਿਲਾ ਪਿੰਡ ਹੀ ਆਪਣਾ ਆਉਂਦਾ ਆ ਬਟਾਲੇ ਸ਼ਹਿਰ ਦੇ ਵਿੱਚ। ਉਸ ਪਿੰਡ ਦੇ ਵਿੱਚੋਂ ਕੋਹੜ ਕੱਢਤਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੇ, ਖੁਦ ਅਸੀਂ ਜਾ ਕੇ ਵੀ ਵੇਖਿਆ ਵਾ ਉੱਥੇ ਸਿਸਟਮ ਕਿ ਉੱਥੇ ਪਾਣੀ ਦਾ ਨਿਕਾਸ ਨਹੀਂ ਸੀਗਾ, ਪਰ ਉਹਨਾਂ ਅੰਡਰਗਰਾਊਂਡ ਪਾਈਪ ਪਾ ਕੇ ਜੋ ਆ ਹਸਨੀ ਦੇ ਵਿੱਚ ਸਾਰਾ ਪਵਾ ਕੇ ਕਰ ਦਿੱਤਾ ਸੈਟਿੰਗ ਪਾਣੀ ਦਾ। ਔਰ ਹੁਣ ਉੱਥੋਂ ਦੀ ਇੱਕ ਸੂਚਨਾ ਮਿਲੀ ਹੈ ਕਿ ਦੂਸਰਾ ਜਿਹੜਾ ਉੱਥੇ ਛੱਪੜ ਸੀਗਾ ਉਹਨੂੰ ਪੂਰ ਕੇ ਉਹਦੇ ਉੱਤੇ ਇੱਕ ਗਰਾਊਂਡ ਬਣਾਈ ਜਾਏਗੀ ਤਾਂ ਜੋ ਕਿ ਬੱਚਿਆਂ ਨੂੰ ਇੱਕ ਚੰਗੀ ਸਿਹਤ ਮਿਲ ਸਕੇ। ਵੇਖੋ ਜੀ ਬਟਾਲਾ ਦਾ ਬਹੁਤ ਮਾੜਾ ਹਾਲ ਸੀਗਾ ਪਹਿਲਾਂ, ਕੋਈ ਇਹ ਆਪੋ ਜੋ ਲੜਦੇ ਰਹੇ ਨਾ ਬਟਾਲੇ ਦਾ ਹਾਲ ਹੀ ਨਹੀਂ ਵੇਖਿਆ। ਹੁਣ ਜਿਹੜੇ ਆ ਕੋਈ ਕੰਮ ਐਡਾ ਖਾਸ ਕਲਸੀ ਸਾਹਿਬ ਨੇ ਚੌਂਕ ਜਿਹੜੇ ਖਾਲੀ ਕਰਾਤੇ ਆ ਉਹ ਸੜਕ ਚੌੜੀ ਕਰਤੀ ਆ, ਉਹਦੇ ਨਾਲ ਕੀ ਆ ਟ੍ਰੈਫਿਕ ਜਿਹੜੀ ਆ ਉਹ ਸਹੀ ਹੋ ਗਈ ਆ। ਉਰਲੇ ਬੰਨਿਓ ਜਾਈਏ ਤਾਂ ਜਾਂਦੇ ਆ ਬਟਾਲਾ ਤਿਰੰਗਾ ਝੰਡਾ ਝੂਲਦਾ ਵਾ, ਅਤੇ ਵੇਖਿਓ ਹੋਰ ਦੋ ਤਿੰਨਾਂ ਸਾਲਾਂ ਨੂੰ ਜੇ ਬਣ ਕੇ ਅਤੇ ਪੈਸਾ ਲਿਆਊਗਾ ਸੈਂਟਰ 'ਚੋਂ ਖਿੱਚ ਕੇ ਅਤੇ ਫਿਰ ਆ ਕੇ ਵੇਖਿਓ ਬਟਾਲੇ ਦਾ ਹਾਲ ਕੀ ਬਣਦਾ। ਬਹੁਤ ਵਧੀਆ ਤਰੀਕੇ ਨਾਲ ਵਧੀਆ ਤੇਰਾ ਤਿਆਰ ਹੋਊਗਾ ਬਟਾਲਾ। ਠੀਕ ਹੈ। ਨੈਸ਼ਨਲ ਕਨਵੀਨਰ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦੇ ਈਡੀ ਦਾ ਮੁਕੱਦਮਾ ਜਿਹੜਾ ਦਰਜ ਹੋਇਆ ਸੀਗਾ, ਇਹ ਮੋਦੀ ਆਪਣੀ ਹਾਰ ਹੁੰਦੀ ਵੇਖ ਕੇ ਡਰ ਗਿਆ ਸੀ ਕਿ ਚਾਹੇ ਕੀ ਨਾਲੇ ਦੇ ਕਿਸ ਤਰ੍ਹਾਂ ਕੀ ਸਿਸਟਮ ਬਣਿਆ ਇਸ ਬਾਰੇ? ਵੇਖੋ ਜੀ ਕੋਈ ਹੈ ਨਹੀਂ ਕਾਨੂੰਨ ਕਾਇਦੇ ਦੇ ਵਿੱਚ ਹੈ ਨਹੀਂ ਗਾ ਕਿ ਮੁੱਖ ਮੰਤਰੀ ਨੂੰ ਕੋਈ ਮਤਲਬ ਰਾਤ ਜਾ ਕੇ ਅਤੇ ਮਤਲਬ ਆਪਣਾ ਅਰੈਸਟ ਕਰ ਲਏ ਜੀ। ਅਤੇ ਉਹਦੇ ਇੱਕ ਇਹਨਾਂ ਨੇ ਡਰੇ ਹੋਏ ਆ ਜਿੱਦਾਂ ਕਿ ਉਹ ਦੋ ਵਾਰ ਉੱਥੋਂ ਆਪਣੇ ਆਪਣੇ ਮੁੱਖ ਮੰਤਰੀ ਬਣੇ ਆ ਜੀ, ਅਤੇ ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਨੈਸ਼ਨਲ ਪਾਰਟੀ ਬਣ ਗਈ ਆ, ਗੁਜਰਾਤ 'ਚ ਹੋ ਗਿਆ, ਪੰਜਾਬ 'ਚ ਹੋ ਗਿਆ, ਇਹ ਸਾਰਾ ਉਹਨਾਂ ਦਾ ਹੈਗਾ ਵਾ ਆਪਣੀ ਚੋਣ ਪ੍ਰਚਾਰ ਦਾ ਨਤੀਜਾ ਵਾ ਇਹ। ਅਤੇ ਜਿਹੜਾ ਮੋਦੀ ਆ ਉਹ ਡਰ ਗਿਆ ਉਹਦੇ ਕੋਲ। ਹੁਣ ਵੇਖੋ ਜੇ ਉਹਨੂੰ ਅੰਦਰ ਕਰਨ ਦੇ ਨਾਲ ਕੇਜਰੀਵਾਲ ਸਾਹਿਬ ਨੂੰ ਅਤੇ ਸਗੋਂ ਜ਼ਿਆਦਾ ਉਲਟ ਉਹ ਪ੍ਰਚਾਰ ਜ਼ਿਆਦਾ ਹੋਇਆ ਜੀ। ਹੁਣ ਵੇਖੋ ਹੁਣ ਇਹਨਾਂ ਨੂੰ ਹੁਣ ਜਿੰਨੀਆਂ ਸੀਟਾਂ ਵਾ ਜੀ ਲਗਭਗ ਅੱਧੀਆਂ ਤੋਂ ਜ਼ਿਆਦਾ ਸੀਟਾਂ ਜਿਹੜੀਆਂ ਵਾ ਇਲੈਕਸ਼ਨ ਹੋ ਗਈ ਹੈ ਜੀ, ਅਤੇ ਦਿੱਲੀ ਦੀ ਹਾਲੇ ਰਹਿੰਦੀ ਆ ਜੀ। ਹੁਣ ਮੋਦੀ ਉੱਦਾਂ ਹੀ ਡਰ ਗਿਆ ਵੀ ਜੇ ਇਹਨੂੰ ਅੰਦਰ ਕੀਤਿਆਂ ਵੀ ਅਸੀਂ ਹਾਰ ਜਾਣਾ ਵਾ ਜੀ ਅਤੇ ਬਾਹਰ ਕੀਤਿਆਂ ਵੀ ਹਾਰ ਜਾਣਾ ਜੀ। ਅਤੇ ਕੁਝ ਜੱਜਾਂ ਨੇ ਇਹ ਜੱਜ ਦਾ ਹੋ ਗਿਆ ਵੀ ਕਾਨੂੰਨ ਉਹਨਾਂ ਵੇਖਿਆ ਵਾ ਜੀ, ਜਿਹੜੇ ਉਹਨਾਂ ਨੇ ਬਿਆਨ ਦਿੱਤੇ ਆ ਵੀ ਵੇਖੋ ਜੀ ਜੇ ਇਹਨਾਂ ਨੂੰ ਚੋਣਾਂ ਤੋਂ ਬਾਅਦ ਰਿਹਾਅ ਕੀਤਾ ਜਾਂ ਕੋਈ ਫੈਸਲਾ ਕੀਤਾ ਤਾਂ ਉਹਦਾ ਕੋਈ ਫਾਇਦਾ ਨਹੀਂ ਆ। ਇਹਨਾਂ ਨੂੰ ਚੋਣ ਪ੍ਰਚਾਰ ਕਰਨ ਵਾਸਤੇ ਉਹਨਾਂ ਦਾ ਬਹੁਤ ਵਧੀਆ ਤਰੀਕਾ ਉਹਨਾਂ ਨੇ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ। ਕੱਲ੍ਹ ਦੇ ਸ਼ੇਰ ਬਾਹਰ ਆ ਚੁੱਕੇ ਨੇ, ਪਾਰਟੀ ਦੇ ਮੁੱਢ ਬਾਹਰ ਆ ਚੁੱਕੇ, ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਮੈਂ ਕਹਿੰਦਾ ਜੀ ਕੱਲ੍ਹ ਹੀ ਕਲਾਨੌਰ ਹੀ ਰੈਲੀ ਸੀ, ਬੜੀ ਭਰਵੀਂ ਰੈਲੀ ਦੇ ਆਪਣੇ ਆਮ ਪਾਰਟੀ ਵਾਲਿਆਂ ਦਾ ਉੱਥੋਂ ਸਟੇਜ ਦੇ ਵਿੱਚੋਂ ਜਦੋਂ ਕੇਜਰੀਵਾਲ ਨੂੰ ਆਪਣਾ ਰਿਹਾਅ ਕਰਨ ਦੀ ਖਬਰ ਮਿਲੀ ਨਾ ਜੀ, ਅਤੇ ਰੰਧਾਵਾ ਸਾਹਿਬ ਨੇ ਇੱਦਾਂ ਹੀ ਜਕਾਰਾ ਛੱਡਿਆ ਕਿ ਗਰਮੀ ਲੱਗਣ ਡੀ ਅਤੇ ਹਨੇਰੀ ਆ ਗਈ ਉੱਥੇ ਜੀ।
ਹਨੇਰੀ ਹਨੇਰੀ ਵੀ ਇੰਨੀ ਆਈ ਕਿ ਉਹ ਖੁਸ਼ੀ ਇੰਨੀ ਹੋਈ ਕਿ ਉਹ ਟੈਂਟ ਹੀ ਪਾੜ ਗਿਆ, ਆਪਣਾ ਟੈਂਟ ਹੀ ਪਾੜ ਗਿਆ। ਅਤੇ ਬੜਾ ਹੀ ਵਧੀਆ ਤਰੀਕੇ ਨਾਲ ਰੈਲੀ ਹੋਣ ਡੀ ਸੀ ਅਤੇ ਭਗਵੰਤ ਮਾਨ ਸਾਹਿਬ ਵੀ ਚਲ ਗਏ ਉੱਥੇ, ਇੰਨੀ ਖੁਸ਼ੀ, ਚਲੋ ਦਿੱਲੀ ਚਲ ਗਏ ਅਤੇ ਉੱਥੇ ਖੁਸ਼ੀ ਬਹੁਤ ਮਨਾਈ ਲੋਕਾਂ ਨੇ ਅਤੇ ਦਿੱਲੀ ਵਾਲਿਆਂ 'ਤੇ ਭਲਾ ਭੰਗੜੇ ਪਾਏ ਫਿਰ ਬਹੁਤ ਜ਼ਿਆਦਾ। ਹਾਂਜੀ ਸਰ, ਕੁਝ ਸ਼ਰਾਰਤੀ ਅਨਸਰਾਂ ਨੇ ਨਾੜ ਨੂੰ ਅੱਗ ਵੀ ਲਗਾ ਦਿੱਤੀ, ਕੀ ਕਹਿਣਾ ਚਾਹੋਗੇ ਇਸ ਬਾਰੇ? ਵੇਖੋ ਜੀ, ਇੱਦਾਂ ਰੈਲੀਆਂ ਨਹੀਂ ਰੁਕਦੀਆਂ ਹੁੰਦੀਆਂ ਜੀ। ਅਸੀਂ ਪੰਜਾਬੀ ਲੋਕ ਹਾਂ, ਅਸੀਂ ਭਾਣਾ ਮੰਨਣ ਵਾਲੇ ਲੋਕ ਹਾਂ ਜੀ। ਇਹ ਕੋਈ ਵਿੱਚ ਇੱਦਾਂ ਦੇ ਇਹੋ ਜਿਹੇ ਬੰਦੇ ਹੁੰਦੇ ਆ ਵੀ ਬੰਦੇ ਅਸੀਂ ਪੰਜਾਬੀ, ਉਹਨਾਂ ਨੂੰ ਧੂੰਏ ਅੱਗ ਲਾ ਕੇ ਉਹਨਾਂ ਦਾ ਜਿਹੜਾ ਇਹ ਉਹਨਾਂ ਦੇ ਬਰਖਲਾਫ ਗਿਆ ਵਾ ਕੰਮ, ਜਿੰਨੇ ਵੀ ਕਿਸੇ ਨੇ ਪਾਰਟੀ ਨੇ, ਭਾਵੇਂ ਅਕਾਲੀ ਹੋਏ ਭਾਵੇਂ ਕਾਂਗਰਸ ਗਏ, ਇਹ ਉਹਨਾਂ ਦੇ ਵਾਸਤੇ ਬੜੀ ਬੇਸ਼ਰਮੀ ਦੀ ਗੱਲ ਹੈ ਉਹਨਾਂ ਵਾਸਤੇ। ਅੱਛਾ ਜੀ, ਮੈਂ ਸੀਨੀਅਰ ਰਿਪੋਰਟਰ ਓਂਕਾਰ ਸਿੰਘ, ਕੈਮਰਾਮੈਨ ਗਗਨਦੀਪ ਦੇ ਨਾਲ, ਧੰਨਵਾਦ ਜੀ।